ਥੋੜ੍ਹਾ ਜਿਹਾ ਸਿੱਖ ਜੀਪੀਟੀ ਬਾਰੇ ਮੈਨੂੰ ਦੱਸੋ ਕਿ ਮੈਨੂੰ ਜਦੋਂ ਪਤਾ ਚੱਲਿਆ ਸੀਗਾ ਮੈਨੂੰ ਲੱਗਿਆ ਕਿ ਯਾਰ ਕੁਛ ਤਾਂ ਇੰਟਰਸਟਿੰਗ ਹੈ ਕੰਮ, ਹਾਂਜੀ ਥੋੜ੍ਹਾ ਜਿਹਾ ਐਕਸਪਲੇਨ ਕਰੋ ਇਹਦੇ ਬਾਰੇ। ਹਾਂਜੀ ਜਿੱਦਾਂ ਮੈਂ ਦੱਸਿਆ ਵੀਰੇ ਹੈ ਨਾ, ਮੇਰਾ ਬਚਪਨ ਤੋਂ ਸ਼ੌਂਕ ਸੀ ਕਿ ਮੈਂ ਕੁਛ ਕਰਾਂ ਆਪਣੀ ਕਮਿਊਨਿਟੀ ਦੇ ਲਈ ਅਤੇ ਲੋਕਾਂ ਦੀ ਹੈਲਪ ਕਰਾਂ, ਹੈ ਨਾ। ਅਤੇ ਮੈਂ ਬਲੱਡ ਡੋਨੇਟ ਕਰਦਾ ਸੀ, ਹੈ ਨਾ। ਅਤੇ ਉਹਦੇ ਬਾਅਦ ਮੈਂ ਨਾ ਫਿਗਰ ਆਊਟ ਕਰ ਰਿਹਾ ਸੀ ਲਾਸਟ 3-4 ਸਾਲਾਂ ਤੋਂ ਕਿ ਇੱਕ NGO ਸਟਾਰਟ ਕਰਨਾ ਹੈ, ਬਿਕੋਜ਼ ਇੰਡੀਵਿਜੁਅਲੀ ਤੁਸੀਂ ਕਿੰਨਾ ਤੱਕ ਕਰ ਲੋਗੇ, ਔਰ ਇੰਡੀਵਿਜੁਅਲੀ ਤੁਸੀਂ ਜੋ ਵੀ ਕੁਛ ਕਰਦੇ ਹੋ ਨਾ ਪ੍ਰਮੋਟ ਨਹੀਂ ਕਰਨੀ ਚਾਹੀਦੀ, ਹੈ ਨਾ, ਚੰਗਾ ਸ਼ੋਭਾ ਨਹੀਂ ਦਿੰਦਾ। ਅਤੇ ਮੈਂ ਕੁਛ ਇਕੰਜਾ ਕਰਨਾ ਚਾਹ ਰਿਹਾ ਸੀ ਕਿ ਫੋਰ ਦਾ ਪੀਪਲ ਫਰੋਮ ਦਾ ਪੀਪਲ। ਅਤੇ ਸਿੱਖ ਜਿਪਟੀ ਦਾ ਆਈਡੀਆ ਆਇਆ, ਅਤੇ ਅਸੀਂ ਵੀਰੇ ਗੁਰੂ ਗ੍ਰੰਥ ਸਾਹਿਬ ਜੀ ਦਾ AI ਕ੍ਰੀਏਟ ਕੀਤਾ, ਹੈ ਨਾ। ਦਿਸ ਵਿਲ ਬੀ ਦਾ ਵਰਲਡ ਫਸਟ AI ਡਰਿਵਨ NGO। ਸੋ ਇੱਕ ਇਸ 'ਤੇ ਕੀ ਹੋਣਾ ਵੀਰੇ ਕਿ ਜਿਹੜਾ ਵੀ ਬੰਦਾ ਸਿੱਖੀ ਕੌਮ ਨੂੰ ਜਾਣਨਾ ਚਾਹੁੰਦਾ ਹੈ ਨਾ, ਜਾਂ ਪਾਠ ਦਾ ਮੀਨਿੰਗ ਕੀ ਹੈ, ਜਾਂ ਉਹ ਗੱਲ ਕਰ ਸਕਦਾ 1-on-1 ਜੋ ਵੀ ਰੋਜ਼ ਦੇ ਬੰਦੇ ਦੀ ਪਰੇਸ਼ਾਨੀ ਹੈ, ਪਰੇਸ਼ਾਨੀ ਜਾਂ ਕੁਛ ਵੀ ਜਾਣਨਾ ਚਾਹੁੰਦਾ ਕਿ ਇਹ ਕਿੱਦਾਂ ਕਰੀਦਾ, ਇਹ ਕਿੱਦਾਂ ਨਹੀਂ ਕਰੀਦਾ, ਜੋ ਸਾਨੂੰ ਲੋਕ ਨਾ ਵੈਸੇ ਰੈਂਡਮਲੀ ਪੁੱਛਦੇ ਰਹਿੰਦੇ ਨੇ ਕਿ ਪਾਠ ਕਿੱਦਾਂ ਕਰੀਦਾ, ਕੀ ਨਹੀਂ ਕਰੀਦਾ, ਆਈਗੈਸ ਇਹਦੇ ਸਾਰੇ ਆਨਸਰ ਜਿਹੜੇ ਆ ਸਾਰੇ ਆਨਸਰ ਔਰ 1-on-1 ਕਨਵਰਸੇਸ਼ਨ। ਅੱਜਕੱਲ੍ਹ ਅਸੀਂ ਗੱਲ ਕਰ ਰਹੇ ਨਾ, ਹੁਣੇ ਤੁਸੀਂ ਕੁਛ ਪੁੱਛ ਰਹੇ ਹੋ ਤਾਂ ਮੈਂ ਦੱਸ ਰਿਹਾ, ਅਤੇ ਮੈਂ ਕੁਛ ਆਖ ਰਿਹਾ ਤਾਂ ਤੁਸੀਂ ਫਿਰ ਕ੍ਰੋਸ ਕੁਐਸਚਨ ਕਰੋ। ਅਤੇ ਉਸ ਹਿਸਾਬ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ। ਇੱਕ ਤਰ੍ਹਾਂ ਗੁਰੂ ਸਾਹਿਬ ਖੁਦ ਤੁਹਾਡਾ ਪ੍ਰਸ਼ਨਾਂ ਦਾ ਜਵਾਬ ਦੇ ਰਹੇ ਨੇ। ਬਿਲਕੁਲ ਜੀ। ਸੋ ਇਹ ਪੂਰਾ ਨਾ ਜਿਹੜਾ ਸਾਡੀ ਗ੍ਰੰਥ ਹੈ, ਅਤੇ ਉਹਦੇ 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 ਵਿੱਚ ਮਤਲਬ 1430 ਪੇਜਸ ਹੈਗੇ ਨੇ, ਹੈ ਨਾ। ਅਤੇ ਸਿੱਖ GPT ਵਿਲ ਬੀ ਕੰਪਲੀਟਲੀ ਬੇਸਡ ਔਨ ਦੋਜ਼ 1430 ਪੇਜਸ। ਸੋ ਸਾਰਾ ਆਨਸਰ ਨਾ ਤੁਹਾਨੂੰ ਪੂਰਾ ਸਿੱਖ ਕਲਚਰ ਦੇ ਹਿਸਾਬ ਨਾਲ ਮਿਲੇਗਾ ਆਨਸਰ। ਤੁਸੀਂ ਪੁੱਛ ਸਕਦੇ ਹੋ ਕਿ ਭਾਈ ਮੈਂ ਕਿਸ ਟਾਈਮ ਕਿਹੜਾ ਪਾਠ ਕਰਾਂ, ਔਰ ਇਸ ਪਰਟੀਕੁਲਰ ਪਾਠ ਦਾ ਮੀਨਿੰਗ ਕੀ ਹੈ, ਅਤੇ ਬੱਚਿਆਂ ਨੂੰ। ਤਾਂ ਬੇਸਿਕਲੀ ਇਹ ਪ੍ਰੋਡਕਟ ਨਾ ਅਸੀਂ ਬਣਾ ਰਹੇ ਹਾਂ ਸਪੈਸ਼ਲੀ ਕਿਡਸ ਵਾਸਤੇ, ਜਿਹੜੇ ਨਿਊ ਪੇਰੈਂਟਸ ਹੈਗੇ ਨੇ ਜਿਨ੍ਹਾਂ ਦੇ ਬੇਬੀ ਨੇ 3-4, 5-6, 7 ਸਾਲ, ਹੈ ਨਾ। ਅਤੇ ਇਹ ਅਸੀਂ ਵਰਕ ਕਰ ਰਹੇ ਹਾਂ ਉਹਨਾਂ ਦੇ ਲਈ, ਠੀਕ ਹੈ। ਨਹੀਂ ਜੋ ਜਨਰੇਸ਼ਨ ਆਉਣ ਵਾਲੀ ਹੈ, ਜੋ ਹੁਣੇ ਬੋਰਨ ਹੋਈ ਹੈ ਨਾ, ਉਹਨਾਂ ਨੂੰ ਸਿੱਖ ਕਲਚਰ ਦਾ ਪੂਰਾ ਇਨਫੋਰਮੇਸ਼ਨ, ਰਾਈਟ ਇਨਫੋਰਮੇਸ਼ਨ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ ਅਸੀਂ ਸਿੱਖ GPT ਥਰੂ। ਅਤੇ ਜਿਕਨ ਸਾਡੇ ਗ੍ਰੈਂਡ ਪੇਰੈਂਟਸ ਨੇ, ਚਾਹੇ ਪੇਰੈਂਟਸ ਨੇ, ਹੈ ਨਾ। ਅਤੇ ਕੀ ਹੁੰਦਾ ਵੀਰੇ ਕਿ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਹਾਂ, ਹੈ ਨਾ, ਸਾਡਾ ਟਾਈਮ ਚੱਲ ਰਿਹਾ ਉਹਨਾਂ ਨੇ ਕੰਮ ਕਰਨ ਦਾ, ਦੋਸਤੀ ਯਾਰੀ ਕਰਨ ਦਾ, ਕੁਛ ਵੀ, ਅਸੀਂ ਬਿਜ਼ੀ ਰਹਿੰਦੇ ਹਾਂ ਸਾਰਾ ਦਿਨ। ਬਟ ਸਾਡੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨਾ ਬੜੇ ਅਕੇਲੇ ਹੋ ਗਏ ਨੇ, ਅਸੀਂ ਅਗਰ ਨਾਲ ਵੀ ਬਹਿਣਾ ਉਹਦੇ ਨਾਲ ਤਾਂ ਉਹਨਾਂ ਦੇ ਕਨੈਕਟ ਨਹੀਂ ਕਰ ਪਾਉਂਦੇ, ਕਨੈਕਟ ਨਹੀਂ ਕਰ ਪਾਉਂਦੇ, ਫੋਨ 'ਚ ਅਸੀਂ ਰਹਿੰਦੇ ਹਾਂ, ਹੈ ਨਾ। ਅਤੇ ਸਿੱਖ GPT ਸਪੈਸ਼ਲੀ ਅਸੀਂ ਉਹਨਾਂ ਨੂੰ ਧਿਆਨ ਰੱਖ ਕੇ ਵੀ ਬਣਾਇਆ ਵਾ ਕਿ ਬਈ ਜਿਕਨ ਸਾਡੇ ਗ੍ਰੈਂਡ ਪੇਰੈਂਟਸ ਨੇ ਠੀਕ ਨਾਲ ਦਿਸਦਾ ਵੀ ਨਹੀਂ ਨਾ, ਚਸ਼ਮੇ ਲਾਇਆ ਉਹਨੇ ਅਤੇ ਫੋਨ ਜ਼ਿਆਦਾ ਯੂਜ਼ ਨਹੀਂ ਕਰ ਸਕਦੇ। ਅਤੇ ਅਸੀਂ ਉਹਦੇ ਵਿੱਚ ਫੀਚਰ ਐਡ ਕੀਤਾ ਕਿ ਬਈ ਤੁਸੀਂ ਹਿੰਦੀ 'ਚ ਅਤੇ ਪੰਜਾਬੀ ਲੈਂਗੁਏਜ ਅਤੇ ਇੰਗਲਿਸ਼ ਲੈਂਗੁਏਜ ਵੋਇਸ ਫੀਚਰ ਹੈ ਉਹਦੇ ਵਿੱਚ, ਵੋਇਸ ਨੋਟ ਕਰ ਕੇ ਤੁਸੀਂ ਆਨਸਰ ਲੈ ਲਓ। ਅਤੇ ਵੋਇਸ ਨੋਟ ਕਰਨ ਦੇ ਬਾਅਦ ਜਿਹੜਾ ਆਨਸਰ ਤੁਹਾਨੂੰ ਰਿਸੀਵ ਹੋਊਗਾ ਨਾ, ਅਤੇ ਉਸ ਨੂੰ ਵੀ ਤੁਹਾਨੂੰ ਪੜ੍ਹਨੇ ਦੀ ਲੋੜ ਨਹੀਂ ਹੈ, ਤੁਸੀਂ ਬਸ ਇੱਕ ਬਟਨ ਟੈਪ ਕਰੋ ਔਰ ਤੁਹਾਨੂੰ ਪੂਰਾ ਆਨਸਰ AI ਦੱਸ ਦੇਗਾ ਬੋਲ ਕੇ। ਅਤੇ ਗ੍ਰੈਂਡ ਪੇਰੈਂਟਸ ਨੂੰ ਇੱਕ ਸਾਥੀ ਮਿਲ ਗਿਆ, ਔਰ ਉਸ ਉਮਰ 'ਤੇ ਨਈ ਚੀਜ਼ਾਂ ਸਿੱਖਣ ਦਾ, ਸਿੱਖ ਕੌਮ ਦੇ ਬਾਰੇ ਹੋਰ ਜਾਣਕਾਰੀ, ਡੀਪ ਨੌਲੇਜ ਲੈਣ ਦਾ ਵੀ ਮੌਕਾ ਮਿਲ ਗਿਆ। ਮਤਲਬ ਮਲਟੀਪਲ ਲੋਕਾਂ ਲਈ ਮਲਟੀਪਲ ਯੂਜ਼ ਨੇ ਹੈ। ਹਾਂਜੀ। ਐਂਡ ਹੋਰ ਕੁਛ ਨਹੀਂ ਹੈ ਤਾਂ ਬੰਦਾ ਇਹ ਕਹਿ ਸਕਦਾ ਬਾਈ ਕਿ ਕੋਈ ਵੀ ਜ਼ਿੰਦਗੀ ਪਰੇਸ਼ਾਨੀ ਹੈ ਸਿੱਖ GPT ਤੋਂ ਪੁੱਛ ਲੈ, ਹੁੰਦਾ ਵੀ ਫਿਲੋਸਫੀਕਲ ਤੁਹਾਨੂੰ ਸੋਲੂਸ਼ਨ ਮਿਲੇਗਾ, ਸੋਲੂਸ਼ਨ ਮਿਲੇਗਾ। ਔਰ ਅੱਜ ਕੱਲ੍ਹ ਕੀ ਹੋ ਗਿਆ, ਜੈਨਜੀ ਚਿਕਨ ਏਜ ਨੇ, ਹੈ ਨਾ, ਅਤੇ ਹੋਰ ਇਹ ਨਾ ਬੜਾ ਸਲਮਾਨ ਦੇ ਨੇ ਮੈਂਟਰਸ਼ਿਪ ਲੈਣ ਲਈ, ਤੁਸੀਂ ਇੱਥੇ ਮੈਂਟਰਸ਼ਿਪ ਲੈ ਲਓ, ਔਰ 1-on-1 ਕਨਵਰਸੇਸ਼ਨ ਸਾਕਸ਼ਾਤ ਗੁਰੂ ਸਾਹਿਬ ਤੁਹਾਨੂੰ ਦੱਸ ਰਹੇ ਨੇ। ਉਹ ਸ਼ਰਮਾਉਂਦੇ ਵੀ ਹਾਂ ਅਸੀਂ ਕਿ ਬਈ ਮੇਰੀ ਪ੍ਰਾਈਵੇਟ ਚੀਜ਼ ਅਗਰ ਮੈਂ ਪੁੱਛਾਂਗਾ ਤਾਂ ਉਹ ਕਿਸੇ ਹੋਰ ਨੂੰ ਦੱਸੇਗਾ, ਇੱਥੇ ਤੁਸੀਂ ਕੁਝ ਵੀ ਗੱਲ ਕਰੋ, ਹੈ ਨਾ। ਦਿਸ ਵਿਲ ਬੀ ਲਾਂਚਡ ਫੋਰ ਪੀਪਲ ਹੂ ਆਰ 3+2 ਟਿਲ ਵਟਸ ਐਵਰ ਦਾ ਏਜ। ਸੋ ਨੋ ਡਿਸਕ੍ਰਿਮੀਨੇਸ਼ਨ ਇਨ ਦਾ ਏਜ, ਦਿਸ ਇਜ਼ ਫੋਰ ਐਵਰੀ ਵਨ ਹੂਸ ਐਵਰ ਇਜ਼ ਲੁਕਿੰਗ ਟੂ ਗੇਨ ਦਾ ਨੌਲੇਜ ਆਫ ਸਿੱਖਿਜ਼ਮ ਐਂਡ ਦਾ ਕਲਚਰ ਐਂਡ ਦਾ ਰਾਈਟਸ ਐਂਡ ਦਾ ਵੈਲਿਊਜ਼। ਸਿੱਖ GPT ਵਿਲ ਬੀ ਦਾ ਵਨ ਗੋ ਆਨਸਰ ਫੋਰ ਦਿਸ। ਇਹ ਕਦ ਤੱਕ ਹੈ ਉਮੀਦ? ਵਿਜੇ ਪ੍ਰੋਡਕਟ ਤੋਂ ਆਲਰੇਡੀ ਮੇਡ ਹੈ, ਸਰਵੇ ਕਰ ਰਹੇ ਹਾਂ ਅਸੀਂ, ਹੈ ਨਾ। ਅਤੇ ਅਸੀਂ 200 ਬੰਦਿਆਂ ਦੀ, ਇੰਟਲੈਕਚੁਅਲ ਬੰਦਿਆਂ ਦੀ ਲਿਸਟ ਬਣਾਈ ਆ, ਜੋ ਬੈਸਟ ਸਕੋਲਰਸ ਨੇ, ਚਾਹੇ ਦਰਬਾਰ ਸਾਹਿਬ ਦੇ ਜਥੇਦਾਰ ਨੇ, ਹੈ ਨਾ। ਅਤੇ ਹੋਈ ਤਾਂ ਉਹਨਾਂ ਨਾਲ ਗੱਲ ਤੁਹਾਡੀ, ਸ਼ੁਰੂ ਹੋ ਗਈ, ਗੱਲ ਚੱਲ ਰਹੀ ਹੈ ਆਲਰੇਡੀ, ਬਹੁਤ NGO ਦੇ ਨਾਲ ਵੀ ਗੱਲ ਚੱਲ ਰਹੀ ਹੈ, ਉਹ ਵੀ ਸਪੋਰਟ ਕਰ ਰਹੇ ਨੇ, ਬਹੁਤ ਅੱਛੇ ਇਨਪੁਟਸ ਦੇ ਰਹੇ ਨੇ। ਉਹ ਕਹਿ ਰਹੇ ਨੇ ਰਿਵੋਲਿਊਸ਼ਨਰੀ ਪ੍ਰੋਡਕਟ ਹੋਣੇ ਵਾਲਾ ਹੈ ਸਿੱਖ ਕੌਮ ਦੇ ਲਈ, ਜਿਹੜੇ ਨਵੇਂ ਬੱਚੇ ਆ ਰਹੇ ਨੇ, ਚਾਹੇ ਜੈਨਜੀਜ਼ ਨੇ, ਹੈ ਨਾ, ਜੋ ਨਵੇਂ ਜਨਰੇਸ਼ਨ ਦੇ ਆਏ ਨੇ,
चाहे साढ़े पेरेंट्स थे चाहे सारे दे वास्ते एक रिवोल्यूशन रिवोल्यूशनरी प्रोडक्ट है उन्होंने फीडबैक मैं इमेजिन कर रहा हूँ स्कूल के बच्चे मतलब सर्च कर रहे हैं सिख GPT तो है ना कि जिदा कोई होमवर्क दिता होगा सिख GPT तो जिदा चैट GPT एक्सप्लॉयट किया लोगों ने करेक्ट कि कोई अपना काम सौखा करना अपना या होमवर्क ही कर देना मैं इमेजिन कर रहा कि इदा कोई टास्क मिला है तो बच्चे सिख GPT तो भी इदा सर्च करके पूरा देखो जिदा मर्जी चेप रहे हो भावे मर्जी करो बट इनफॉर्मेशन तो जाएगी बिल्कुल एंड आने वाले टाइम सिख GPT भी एक चीज इदा की बन सकती है बिल्कुल जी मेरा ना एक भांजा है उसकी एज है 18 साल ठीक है वो बड़ा बहुत एक्टिव है सिखिज़म को लेकर वो स्पीच देता वा तो होर इस तरह के जेडे असी साडे कल्चरल एक्टिविटीज़ होंदिया ने ना गुरपुरब तो या होर किसी भी टाइम तो वो मेरी गल हो रही थी कहिंदा मामा जी मैं ना स्पीच दिंदा 7 मिनट की मान लो स्पीच होंगी है तो मैं ज्ञानी जी को पहले जाना पहले उन्होंने रिफरेंस लेना कि भाई कि बुक पढ़नी है इस पर्टिकुलर टॉपिक के बारे वो दसो फिर तुम पर्सनल की इनफॉर्मेशन दे सकते हो वो दसो तो पूरा जो प्रोसैस होंगे ना इनफॉर्मेशन लेन का तो फिर बुक पढ़न का तो होर यू नो होर मेहनत करन का तो यह पूरा 12-15 दिन लग जाता 7 मिनट की स्पीच लई जी सिख GPT 30 सैकेंड्स यू गैट एवरीथिंग ਕਿੰਨਾ ਮਤਲਬ ਤੁਹਾਡਾ ਟਾਈਮ ਬਚ ਰਿਹਾ ਤੁਹਾਨੂੰ ਜੋ ਇਨਫੋਰਮੇਸ਼ਨ ਚਾਹੀਦੀ ਹੈ ਉਹ ਮਿਲ ਰਹੀ ਹੈ ਘਰ ਬੈਠੇ ਤੁਸੀਂ ਇੱਕ ਵਾਰੀ ਟਾਈਪ ਕਰੋ ਟਾਈਪ ਵੀ ਨਹੀਂ ਕਰਨਾ ਜੀ ਆਪ ਕੁਛ ਵੋਇਸ ਨੋਟ ਹੀ ਪੁੱਛ ਲਓ ਬਹੁਤ ਇੰਟਰਸਟਿੰਗ ਬਹੁਤ ਜ਼ਿਆਦਾ